ਦੋਸਤੋ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਤਰੀਕੇ ਨਾਲ ਗੱਲ ਆ ਵੀ ਆ ਮੈਂ ਗੱਲ ਕਰਨ ਲੱਗਿਆ ਕਿ ਜਿੱਦਾਂ ਦੀ ਕਰਨੀ ਉਦਾਂ ਦੀ ਪਰਣੀ ਦੋਸਤੋ ਇੱਕ ਸਾਧੂ ਸੀ ਬਹੁਤ ਵਧੀਆ ਬੰਦਾ ਸੀ ਔਰ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਦੁਨੀਆ ਨੂੰ ਸੁਝਾ ਦੇਣ ਵਾਲਾ ਬੰਦਾ ਸੀ ਦੋਸਤੋ ਇੱਕ ਵਾਰੀ ਉਹ ਕਿਸੇ ਪਿੰਡ ਵਿੱਚ ਜਾਨੀ ਕਿ ਦਿੱਲੀ ਜਾਂਦਾ ਹੁੰਦਾ ਸੀ ਦਿੱਲੀ ਜਾਂਦਾ ਸੀ ਤੇ ਉਹ ਹੋਕਾ ਦਿੰਦਾ ਹੁੰਦਾ ਸੀ ਜਦੋਂ ਗਜਾ ਕਰਨ ਜਾਣੀ ਨਾ ਉਹਨੇ ਇੱਕੋ ਹੀ ਗੱਲ ਕਹਿਣੀ ਬੀਬੀ ਹਰਕੇ ਲੇਖੇ ਨਹੀਂ ਕੀਤਾ ਤਾਂ ਕੋਈ ਕਰਕੇ ਦੇਖੇ ਬੀਬੀ ਹਰਕੇ ਲੇਖੇ ਨਹੀਂ ਕੀਤਾ ਤਾਂ ਕੋਈ ਕਰਕੇ ਦੇਖੇ ਸਾਡੇ ਸਾਰੇ ਪਿੰਡ ਦੇ ਵਿੱਚ ਉਹਨੇ ਗਜਾ ਕਰਨੀ ਤੇ ਹੋਕਾ ਉਹਨੇ ਇੱਕੋ ਹੀ ਦਿਨਾ ਸੋ ਦੋਸਤੋ ਇੱਕ ਨਾ ਬਜ਼ੁਰਗ ਮਾਤਾ ਮਾਤਾ ਸਗੀ ਤੇ ਉਹ ਜਾਨੀ ਉਹ ਸਾਧ ਸੰਤ ਤੋਂ ਦੁਖੀ ਹੋ ਗਏ ਉਹ ਕਹਿੰਦੀ ਵੀ ਅੱਜ ਇਹਨੂੰ ਕਰਕੇ ਦਿਖਾ ਦੇਣਾ ਉਹਨੇ ਨਾ 4-5 ਰੋਟੀਆਂ ਬਣਾਈਆਂ ਆਪਣੇ ਪਰਿਵਾਰ ਦੀ ਰੋਟੀ ਬਣਾਉਣੀ ਭੁੱਲ ਗਈ ਲੇਕਿਨ ਉਹਦੀ ਰੋਟੀ ਬਣਾਉਣੀ ਸ਼ੁਰੂ ਕਰਤੀ ਤੇ ਉਹਨੇ ਪੰਜਾਂ ਪੰਜ ਰੋਟੀਆਂ ਬਣਾਈਆਂ ਪੰਜਾਂ ਰੋਟੀਆਂ ਦੇ ਵਿੱਚ ਉਹਨੇ ਕੁਛ ਮਲਾ ਦਿੱਤਾ ਵੀ ਇਹਦੀ ਇਹਨੂੰ ਤਾਂ ਮੈਂ ਗਲੂ ਲਾਵਾਂ ਵੀ ਇਹ ਤਾਂ ਜਾਂਦਾ ਰਵੇ ਉਹਨੇ ਐ ਹੋਈ ਚੀਪਾਤੀ ਵੀ ਜਾਨੀ ਸਾਧੂ ਸੰਤ ਜਿਹੜਾ ਮਹਾਤਮਾ ਉਹ ਦੁਨੀਆ ਤੋਂ ਇਹ ਚਲਾ ਜਾਵੇ ਬਿਨੇ ਤੰਗ ਕੀਤਾ ਪਿਆ ਉਹ ਆਪਣੇ ਪਰਿਵਾਰ ਦੀ ਰੋਟੀ ਬਣਾਉਣ ਵਾਸਤੇ ਭੁੱਲ ਗਈ ਲੇਕਿਨ ਉਹਨੂੰ ਇਹ ਟੈਨਸ਼ਨ ਪੈ ਗਈ ਕਿ ਸਾਧੂ ਰੋਜ਼ ਮੰਗਣ ਵਾਸਤੇ ਮੇਰੇ ਘਰੇ ਕਿਉਂ ਆਉਂਦਾ ਹੈ ਪਰ ਸਾਧੂ ਰੱਬ ਦਾ ਪਹੁੰਚਾ ਹੋਇਆ ਬੰਦਾ ਸੀ ਤੋ ਦਾ ਇਹ ਸਾਰੇ ਪਿੰਡ ਚ ਬਿਆਨ ਇੱਕੋ ਹੀ ਹੁਕਾ ਸੀ ਬੀਬੀ ਹਰ ਕੇ ਲੇਖੇ ਨਹੀਂ ਕੀਤਾ ਤਾਂ ਕੋਈ ਕਰਕੇ ਦੇਖੇ ਉਹ ਰੋਟੀਆਂ ਬੀਬੀ ਨੇ ਪਕਾਈਆਂ ਤੇ ਉਹਨੂੰ ਸਾਧੂ ਨੂੰ ਦਿੱਤੀਆਂ ਸੰਤ ਨੂੰ ਦਿੱਤੀਆਂ ਉਹ ਲੈ ਕੇ ਤੁਰ ਪਿਆ ਉਸ ਰਸਤੇ ਥਾਣੀ ਤੁਰਿਆ ਜਿਸ ਰਸਤੇ ਥਾਣੀ ਉਸ ਮਾਤਾ ਦਾ ਰਸਤੇ ਵਿੱਚ ਜਿਹਦੇ ਰਸਤੇ ਵਿੱਚ ਜਾਨੀ ਉਹਦੇ ਬੱਚੇ ਕੰਮ ਕਰਦੇ ਸੀ ਤੇ ਉਹ ਮਾਤਾ ਰੋਟੀ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਲਈ ਲੇਟ ਹੋ ਗਈ ਤੇ ਉਹ ਮੁੰਡੇ ਜਵਾਨ ਸੀ ਪੰਜੇ ਮੁੰਡੇ ਉਹਦੇ ਉਹ ਮਜ਼ਾਕ ਲਾਪਿਆ ਕਰਦੇ ਬਾਬਾ ਆਉਂਦਾ ਤੁਰਿਆ ਇਹਦੇ ਕੋਲੋਂ ਕੁਝ ਨਾ ਕੁਝ ਲੈ ਕੇ ਖਾਣੇ ਆ ਕੋਈ ਨਾ ਕੋਈ ਗੋੜ ਮਿੱਠਾ ਹੋਊਗਾ ਲੈ ਕੇ ਖਾਣੇ ਆ ਬਾਬਾ ਵੀ ਕਹਿੰਦੇ ਰੁਕੋ ਵੀ ਸਾਨੂੰ ਵੀ ਭੁੱਖ ਲੱਗੀ ਆ ਮਾਤਾ ਆਈ ਨਹੀਂਗੀ ਸਾਨੂੰ ਰੋਟੀ ਕੋਈ ਹੈਗੀ ਤਾਂ ਦੇ ਅੱਜ ਖਾਣ ਨੂੰ ਉਹ ਕਹਿੰਦਾ ਵੀ ਪੁੱਤਰੋ ਵੀ ਆ ਪੰਜ ਰੋਟੀਆਂ ਮੈਨੂੰ ਕਿਸੇ ਨੇ ਦਿੱਤੀਆਂ ਵਾ ਇਹ ਤੁਸੀਂ ਖਾ ਲਓ ਤੇ ਮੈਂ ਤਾਂ ਸਾਧੂ ਸੰਤ ਮਹਾਤਮਾ ਬੰਦਾ ਮੈਂ ਹੋਰ ਕਿਤੋਂ ਮੰਗ ਲੈਣੀ ਆ ਉਹ ਮਜ਼ਾਕ ਮਜ਼ਾਕ ਦੇ ਵਿੱਚ ਸੰਤ ਕੋਲੋਂ ਉਹ ਰੋਟੀਆਂ ਲੈ ਕੇ ਖਾਣ ਲੱਗ ਪਿਆ ਤੇ ਪਿੱਛੋਂ ਮਾਤਾ ਨੇ ਵੀ ਦੇਖ ਲਿਆ ਵੀ ਉਹੀ ਬਾਬਾ ਤੇ ਮੇਰੇ ਮੁੰਡੇ ਆ ਬਾਜਾ ਮਾਰੇ ਬੇ ਮੁੰਡਿਓ ਨਾ ਇਹ ਤੋਂ ਬਾਬੇ ਤਰੋਟੀ ਲੈ ਕੇ ਖਾਏ ਹੋ ਬੇ ਬਾਬਾ ਨਾ ਮੁੰਡੇ ਤਰੋਟੀ ਲੈ ਕੇ ਖਾਏ ਹੋ ਰੋਲੀ ਪਾਈ ਜਾਂਦੀ ਆ ਪਰ ਮੁੰਡਿਆਂ ਨੇ ਮਜ਼ਾਕ ਸਮਝਿਆ ਮਜ਼ਾਕ ਸਮਝ ਕੇ ਤੇ ਮਤਲਬ ਉਹਨੂੰ ਮਜਾਕ ਮਜਾਕ ਦੇ ਵਿੱਚ ਉਹ ਰੋਟੀ ਲੈ ਕੇ ਖਾ ਲਈ ਜਦੋਂ ਖਾਲੀ ਤੋਂ ਉਹਦੇ ਮੁੰਡੇ ਮਰ ਗਏ ਸੋ ਮਿੱਤਰੋ ਇਸ ਗੱਲ ਦੇ ਤੇ ਆਪਾਂ ਨੂੰ ਅਰਥ ਮਿਲਦਾ ਵਾ ਵੀ ਜਿੱਦਾਂ ਦੀ ਕਰਨੀ ਉਦਾਂ ਦੀ ਪਰਣੀ ਜੇ ਆਪਾਂ ਚੰਗਾ ਬੀਜ ਬੀਜਾਂਗੇ ਤਾਂ ਚੰਗੀ ਫਸਲ ਹੋਗੀ ਜੇ ਮਾੜਾ ਬੀਜ ਬੀਜਾਂਗੇ ਤਾਂ ਮਾੜੀ ਫਸਲ ਹੋਗੀ ਦੋਸਤੋ ਚੰਗਾ ਕਰੋ ਵਧੀਆ ਕਰੋ ਮਾੜਾ ਨਾ ਕਦੇ ਵੀ ਕਰੋ ਜ਼ਿੰਦਗੀ ਦੇ ਵਿੱਚ ਤੁਹਾਡੇ ਬਾਪ ਨੇ ਤੁਹਾਨੂੰ ਪੜਾਇਆ ਲਿਖਾਇਆ ਤੁਹਾਡੇ ਬਾਪ ਨੇ ਤੁਹਾਨੂੰ ਪੜਾਇਆ ਲਿਖਾਇਆ ਤੁਹਾਡੀ ਮਾਂ ਨੇ ਨਿਗੇ ਨਿਕੇ ਹੁੰਦਿਆਂ ਦਾ ਤੁਹਾਡਾ ਟੱਟੀ ਮੂਤ ਪਿਸ਼ਾਬ ਚੱਕਿਆ ਧੋਇਆ ਤੁਹਾਨੂੰ ਕੰਮ ਸਿਖਾ ਲਿਆ ਤੁਹਾਨੂੰ ਮਾਸਟਰ ਬਣਾਇਆ ਤੁਹਾਨੂੰ ਡਾਕਟਰ ਬਣਾਇਆ ਤੁਹਾਨੂੰ ਇੰਜੀਨੀਅਰ ਬਣਾਇਆ ਤੁਹਾਨੂੰ ਡਰਾਈਵਰ ਬਣਾਇਆ ਤੁਹਾਨੂੰ ਮਕੈਨਿਕ ਬਣਾਇਆ ਉਹ ਜਦੋਂ ਤੁਸੀਂ ਪੈਸੇ ਨਹੀਂ ਸੀ ਲੈਂਦੇ ਤਾਂ ਤੁਹਾਡਾ ਬਾਪ ਹੀ ਤੁਹਾਡੇ ਤੇ ਖਰਚ ਕਰਦਾ ਸੀ ਤੇ ਤੁਸੀਂ ਦੋ ਤਿੰਨ ਭਰਾਵਾਂ ਆ ਤੇ ਹੁਣ ਤੁਸੀਂ ਜਵਾਨ ਹੋ ਗਏ ਵਿਆਹੇ ਹੋ ਗਏ ਵਿਆਹੀ ਗਏ ਆ ਤੇ ਘਰ ਦੀ ਜਿੰਨੀ ਵੀ ਇੱਕ ਇੱਕ ਚੱਪਾ ਚੱਪਾ ਜਾਇਦਾਦ ਆ ਨਾ ਬਾਪ ਦੀ ਉਹ ਤੁਸੀਂ ਵੰਡ ਲਈ ਆਪੋ ਆਪਣੇ ਹਿੱਸਿਆਂ ਦੀ ਲੈ ਲਈ ਬਾਪ ਤੋਂ ਪਰ ਦੋਸਤੋ ਜਿਹੜੇ ਬਾਪ ਨੇ ਮਿਹਨਤ ਕਰਕੇ ਤੁਹਾਨੂੰ ਪੜਾਇਆ ਲਿਖਾਇਆ ਕੰਮ ਸਿਖਾਇਆ ਉਹ ਤੁਹਾਡੇ ਵਿੱਚ ਲੱਗਾ ਉਹ ਤਾਂ ਕਿਸੇ ਭਰਾ ਨੇ ਨਹੀਂ ਲਿਆ ਨਾ ਮਾਂ ਨੇ ਨਹੀਂ ਲਿਆ ਨਾ ਬਾਪ ਨੇ ਲੇਕਿਨ ਉਹਦਾ ਕਰਜ ਦੋਸਤੋ ਜ਼ਰੂਰ ਮੋੜਿਆ ਕਰੋ ਕਿਉਂਕਿ ਮਾਂ ਨੇ ਕਿੰਨੀ ਸਜਾ ਦੇਖੀ ਤੇ ਬਾਪ ਨੇ ਤੁਹਾਡੇ ਲਈ ਕਿੰਨੀ ਸਜਾ ਦੇਖੀ ਦੁੱਖ ਤਕਲੀਫਾਂ ਸਈਆਂ ਤੇ ਜਦੋਂ ਉਹ ਬਾਪ ਤੁਹਾਡਾ ਬਜ਼ੁਰਗ ਹੋ ਜਵੇ ਜਾਂ ਮਾਂ ਬਜ਼ੁਰਗ ਹੋ ਗਈ ਆ ਉਹਨਾਂ ਨੂੰ ਮੰਝਾ ਤੇ ਬਿਸਤਰਾ ਚਿੱਟੀ ਚਾਦਰ ਵਿਛਾ ਕੇ ਠੀਕ ਆ ਸਰਾਣਾ ਰੱਖ ਕੇ ਖੇਸੀ ਰੱਖ ਕੇ ਵਧੀਆ ਤਰੀਕੇ ਨਾਲ ਲਾਗੇ ਟੇਬਲ ਰੱਖ ਕੇ ਗਲਾਸ ਪਾਣੀ ਦਾ ਰੱਖ ਕੇ ਜਾਗ ਰੱਖ ਕੇ ਪਾਣੀ ਦਾ ਭਰ ਕੇ ਉਹਨਾਂ ਦੇ ਕੋਲ ਰੱਖਿਆ ਕਰੋ ਕਿਉਂਕਿ ਉਹ ਤੁਹਾਡੇ ਲਈ ਤੁਹਾਡਾ ਰੱਬ ਆ ਤੁਹਾਡੀ ਜ਼ਿੰਦਗੀ ਸੁਧਾਰਨ ਵਾਸਤੇ ਕੰਮ ਕਰਦੇ ਸੀ ਤੁਸੀਂ ਪੜ੍ਹਦੇ ਸੀ ਤੁਸੀਂ ਲਿਖਦੇ ਸੀ ਤੁਸੀਂ ਕੰਮ ਸਿੱਖਦੇ ਸੀ ਫਿਰ ਜਾ ਕੇ ਤੁਸੀਂ ਤਰੱਕੀ ਕੀਤੀ ਆ ਤੇ ਦੋਸਤੋ ਲਾਸਟ ਵੇਲੇ ਤੇ ਹੋ ਕਰਜ਼ ਮੋੜਿਆ ਕਰੋ ਜਿਵੇਂ ਬਾਪ ਨੇ ਬਾਥਰੂਮ ਜਾਣਾ ਤੈਨੂੰ ਫੜ ਕੇ ਲੈ ਕੇ ਜਾਓ ਜਿਵੇਂ ਖੰਗ ਰੇਸ਼ਾ ਤੈਨੂੰ ਦਵਾਈ ਦਵਾਉ ਟਾਈਮ ਦੀ ਟਾਈਮ ਉਹ ਜੇ ਕਿਤੇ ਗੁੱਸੇ ਵਿੱਚ ਤੁਹਾਨੂੰ ਮਾੜਾ ਚੰਗਾ ਕਹੇ ਤੁਸੀਂ ਬਰਦਾਸ਼ਤ ਕਰੋ ਕਿਉਂਕਿ ਸਜ਼ਾ ਉਹਨੇ ਦੇਖੀ ਤੁਹਾਡੇ ਬਾਪ ਨੇ ਤੁਹਾਡੀ ਪੜ੍ਹਾਈ ਵਾਸਤੇ ਸਕੂਲਾਂ ਦੀਆਂ ਫੀਸਾਂ ਵਾਸਤੇ ਉਹ ਕਿਦਾਂ-ਕਿਦਾਂ ਕਮਾਈ ਕਰਕੇ ਪੈਸੇ ਦਿੰਦਾ ਰਿਹਾ। ਇਸ ਗੱਲ ਦਾ ਸੋਚੋ। ਜਦੋਂ ਤੁਸੀਂ ਬਾਪ ਬਣਗੇ ਤੁਸੀਂ ਵੀ ਆਪਣੇ ਬੱਚਿਆਂ ਦੀ ਇਸੇ ਤਰ੍ਹਾਂ ਸੇਵਾ ਕਰਨੀ ਆ। ਤੇ ਜੇ ਤੁਸੀਂ ਆਪਣੇ ਬਾਪ ਦੀ ਸੇਵਾ ਕਰੋਗੇ ਨਾ ਤੁਸੀਂ ਆਪਣੇ ਬਾਪ ਦੀ ਸੇਵਾ ਕਰੋ ਤੁਹਾਡੇ ਬੱਚੇ ਤੁਹਾਡੀ ਸੇਵਾ ਕਰਨਗੇ। ਪਰ ਇਹਦੇ 'ਚ ਇਸ ਤਰੀਕੇ ਨਾਲ ਨਹੀਂ ਕਰਨੀ ਕਿ ਇੱਕ ਬੰਦਾ ਸੀ ਤੇ ਉਹਦਾ ਬਾਪ ਬਿਮਾਰ ਰਹਿਣ ਲੱਪਿਆ। ਤੋ ਦੋਏ ਜੀ ਤੀਨੀ ਮਾਲਕ ਨੇ ਸੋਚਿਆ ਕਿ ਬਾਪ ਬਿਮਾਰ ਰਹਿਂਦਾ ਤੇ ਬੜਾ ਦੁਖੀ ਹਾ ਤੇ ਮਤਲਬ ਇਹ ਤਾਂ ਤੰਗ ਬੜਾ ਕਰਦਾ ਉਹ ਮੁੰਡਿਆਂ ਨੇ ਕੀਤਾ ਆਪਣੇ ਬਾਪ ਨੂੰ ਚੱਕਿਆ ਨਦੀ ਵੇ ਛੱਟਣ ਵਾਸਤੇ ਲੈ ਗਏ ਜੋ ਛੱਟਣ ਲੱਗੇ ਤੋ ਬਜ਼ੁਰਗ ਕਹਿੰਦਾ ਪੁੱਤਰਾ ਇੱਕ ਮਿੰਟ ਰੁਕ ਜਾ ਇੱਥੇ ਨਾ ਮੈਨੂੰ ਛੱਟ ਕਹਿੰਦਾ ਥੋੜਾ ਜਿਹਾ ਗਾਂ ਕਰਕੇ ਛੱਟ ਕਹਿੰਦਾ ਬਾਪੂ ਹੁਣ ਮਰਨ ਲੱਗਾ ਵੀ ਤੂੰ ਕਹਿੰਦਾ ਗਾਂ ਛੱਟ ਇੱਥੇ ਕਾ ਤੂੰ ਨਾ ਛੱਟਾ ਕਹਿੰਦਾ ਇੱਥੇ ਮੈਂ ਆਪਣੇ ਬਾਪ ਨੂੰ ਛੱਟਿਆ ਸੀ ਤੂੰ ਥੋੜਾ ਜਿਹਾ ਗਾਂ ਛੱਟ ਉਸ ਤੋਂ ਅੱਗੇ ਤੈਨੂੰ ਤੇਰਾ ਮੁੰਡਾ ਸਿੱਟੂਗਾ ਜਿੱਥੇ ਮੈਂ ਆਪਣੇ ਬਾਪ ਨੂੰ ਸੱਟਿਆ ਉਸ ਤੋਂ ਅੱਗੇ ਸੱਟ ਤਾਂ ਕਿ ਤੇਰਾ ਮੁੰਡਾ ਤੈਨੂੰ ਅੱਗੇ ਗਾਂ ਲਿਆ ਕੇ ਸੱਟੇ ਦੋਸਤੋ ਉਹਨੂੰ ਸਮਝ ਆ ਗਈ ਇਸ ਗੱਲ ਦੇ ਉੱਤੇ ਤੇ ਘਰੇ ਲਿਆ ਕੇ ਆਪਣੇ ਬਾਪ ਦੀ ਸੇਵਾ ਕੀਤੀ ਹਰ ਟਾਈਮ 24 ਘੰਟੇ ਉਹਦੀ ਸੇਵਾ ਵਿੱਚ ਲੱਗ ਗਿਆ ਉਹਨੂੰ ਰੱਬ ਮੰਨ ਲਿਆ ਕਹਿੰਦਾ ਮੈਂ ਅੱਗੇ ਤੋਂ ਇਹ ਗਲਤੀ ਨਹੀਂ ਕਰੂੰਗਾ ਸੋ ਦੋਸਤੋ ਐਹੋ ਜੀ ਮਾਂ ਬਾਪ ਦੀ ਸੇਵਾ ਕਰੋ ਤਾਂ ਕਿ ਤੁਹਾਡੇ ਘਰੇ ਤੁਹਾਡਾ ਰੱਬ 24 ਘੰਟੇ ਆ ਜੇ ਤੁਸੀਂ ਉਹਦੀ ਸੇਵਾ ਕਰੋਗੇ ਤਾਂ ਤੁਹਾਡੇ ਬਰਕਤਾਂ ਰਹਿਮਤਾਂ ਪੂਰੀਆਂ ਹੋਣਗੀਆਂ ਜੇ ਤੁਸੀਂ ਆਪਣੇ ਮਾਪੇ ਬਾਬ ਦੀ ਸੇਵਾ ਕਰੋਗੇ ਤਾਂ ਕਦੇ ਕਿਸਦਾ ਬੁਰਾ ਨਾ ਸੋਚੋ ਕਦੇ ਵੀ ਕਿਸਦਾ ਬੁਰਾ ਨਾ ਸੋਚੋ ਦੋਸਤੋ ਜੇ ਮੇਰੇ ਗੱਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਸਟੇਕ ਹੋ ਗਈ ਤਾਂ ਮੈਨੂੰ ਮਾਫ ਕਰਨਾ ਇਸ ਗੱਲ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਦੀ ਸਟੋਰੀ ਬਣਾ ਕੇ ਤੁਹਾਨੂੰ ਸੁਣਾਈ ਆ ਤੇ ਥੋੜੀ ਲੰਬੀ ਕਰਕੇ ਮੇਰੇ ਦੋਸਤੋ ਮੇਰੇ ਵੀਰੋ ਜੇ ਮੇਤੋ ਕੋਈ ਗਲਤੀ ਹੋਵੇ ਤਾਂ ਮੈਨੂੰ ਮਾਫ ਕਰਨਾ ਸਾਰੇ ਭਰਾਵਾਂ ਨੂੰ ਸਾਸਰੀ ਕਾਲ